ਜ਼ਮੀਨ ਅਸਮਾਨ ਦਾ ਫਰਕ ਹੁੰਦਾ ਕਿਉਂਕਿ ਜਿਵੇਂ ਸੂਗਰ ਮਿਲ ਮਕੇਰੀਆਂ ਦੇ ਵਿੱਚ ਸਾਨੂੰ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਬਹੁਤਿਆਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਸਾਡਾ ਹੱਕ ਜਿਹੜਾ ਉਹ ਖੋਇਆ ਜਾ ਰਿਹਾ ਅਤੇ ਜਿਹੜੀ ਚਲਦੀ ਹੋਈ ਉਹਨੂੰ ਟਰੈਕ ਤੋਂ ਲਾਇਆ ਜਾ ਰਿਹਾ ਅਤੇ ਉਹ ਚੀਜ਼ਾਂ ਦਾ ਸਾਡੀ ਜਵਾਨੀ ਨੂੰ ਪਤਾ ਨਹੀਂ ਉਹ ਰੱਖਣ ਵਾਲੀਆਂ ਨੇ ਤੁਹਾਡੇ ਵਿੱਚ ਕਿ ਅਸੀਂ ਜਿਹੜੇ ਟਰੈਕ ਤੋਂ ਪਾਸੇ ਹੋਣ ਜਾ ਰਹੇ ਹਾਂ ਜ਼ਿੰਦਾਬਾਦ ਕਾਲੇ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਕਾਲੇ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ ਸਾਨਾ ਮਜੂਰ ਦਾ ਏਕਾ ਜ਼ਿੰਦਾਬਾਦ 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 ਸਾਨਾ ਮਜੂਰ ਦਾ ਏਕਾ ਜ਼ਿੰਦਾਬਾਦ ਜ਼ਿੰਦਾਬਾਦ ਇਹੋ ਜਿਹਾ ਨਹੀਂ ਸੁਝਾਅ ਤੁਹਾਨੂੰ ਕਰਦਾ ਚੰਗਾ ਉਹ ਜ਼ਰੂਰ ਨਿੱਕੇ ਨਿੱਕੇ ਹੁੰਦੇ ਜਦੋਂ ਵੇਖਦੇ ਰਹੇ ਹਾਂ ਤਾਂ ਕਹਿੰਦਾ ਰਾਵਣ ਜਿਹੜਾ ਸੀ ਇਹ ਅੱਤਿਆਚਾਰ ਕਰਦਾ ਰਿਹਾ ਸੀ ਅਤੇ ਇਹਦਾ ਹਿੰਦੂ ਧਰਮ ਦੇ ਵਿੱਚ ਇਹਦਾ ਦੁਸਹਿਰਾ ਜਦੋਂ ਮਨਾਉਂਦੇ ਸੀ ਪੁਤਲੇ ਫੂਕ ਕੇ ਮਨਾਉਂਦੇ ਰਹੇ ਅੱਜ ਦਾ ਰਾਵਣ ਅਸੀਂ ਮੋਦੀ ਨੂੰ ਕਹਾਂਗੇ ਜਿਹੜੇ 3 ਕਾਨੂੰਨ ਲਿਆ ਜਿਹੜੇ ਵੀ ਲਿਆਉਂਦਾ ਕਾਨੂੰਨ ਤਾਂ ਕਿਸੇ ਦੀ ਸਲਾਹ ਨਹੀਂ ਲੈਂਦਾ ਅਤੇ ਕਹਿੰਦਾ ਵੀ ਮੈਂ ਇੱਕ ਹਿੰਦੂ ਰਾਜ ਕਰਨਾ ਚਾਹੁੰਦਾ ਪਰ ਜਿੱਥੇ ਅਸੀਂ ਹਿੰਦੂ ਸਿੱਖ ਇਸਾਈ ਸਾਰੇ ਬੈਠੇ ਹਾਂ ਰਲ ਕੇ ਭਾਈ ਭਾਈ ਇਹ ਸਾਡੀ ਏਕਤਾ ਨੂੰ ਤੋੜਨਾ ਚਾਹੁੰਦਾ ਅਤੇ RRS ਦਾ ਜਿਹੜੇ ਅਡਾਨੀ ਅਤੇ ਅਵਾਨੀਆਂ ਨੂੰ ਲਿਆ ਕੇ ਸਾਡੇ 'ਤੇ ਰਾਜ ਕਰਾਉਣਾ ਚਾਹੁੰਦਾ ਅਸੀਂ ਇਹਦੇ ਕਰਕੇ ਇਹਦਾ ਵਿਰੋਧ ਕਰਦੇ ਹਾਂ ਅਤੇ ਇਹਦਾ ਪੁਤਲਾ ਫੂਕਾਂਗੇ ਅਤੇ ਨਾਲ ਹੀ ਦੋਨਾਂ ਲਵਾਂਗੇ ਮੋਦੀ ਮਰ ਗਿਆ ਜਾਣ ਕੇ ਕਿਸਾਨ ਏਕਤਾ ਜ਼ਿੰਦਾਬਾਦ ਦੇਖੋ ਜੀ ਦੁਸਹਿਰੇ ਵੇਲੇ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਸੀਗਾ ਕਿਉਂਕਿ ਪੁਤਲਾ ਫੂਕਦੇ ਸੀਗੇ ਉਹਨੇ ਇੱਕ ਛੋਟੀ ਜਿਹੀ ਗਲਤੀ ਕੀਤੀ ਸੀਗੀ ਉਹਦਾ ਅੰਤ ਹੋਇਆ ਅਤੇ ਮੋਦੀ ਦਾ ਗਲਤੀਆਂ ਦਾ ਪੁਤਲਾ ਇਹ ਗਲਤੀ 'ਤੇ ਗਲਤੀ ਕਰ ਰਿਹਾ ਜਦੋਂ ਨੋਟਬੰਦੀ ਹੋਈ ਸੀਗੀ ਇਹ ਉਦੋਂ ਚਾਹੀਦਾ ਸੀਗਾ ਸਾਨੂੰ ਖੜ੍ਹੇ ਹੋਣਾ ਇਹ ਨੋਟਬੰਦੀ ਜਦੋਂ ਹੋਇਆ ਸਾਨੂੰ ਇਹਦਾ ਵਿਰੋਧ ਕਰਨਾ ਉਹ ਵਿਰੋਧ ਨਹੀਂ ਹੋਇਆ ਉਹਦੇ ਕਰਕੇ ਅੱਜ ਇਹਨੇ ਜਿਹੜੇ 3 ਆਰਡੀਨੈਂਸ ਪਾਸ ਕੀਤੇ ਆ ਉਹਨਾਂ ਦੇ ਖਿਲਾਫ਼ ਅੱਜ ਰਾਵਣ ਨਹੀਂ ਰਾਵਣ ਦਾ ਬਹੁਤ ਵੱਡਾ ਵਿਦਵਾਨ ਸੀਗਾ ਪਰ ਇਹ ਮੋਦੀ ਜਿਹੜਾ ਆ
ਇਹ ਇੰਨਾ ਕਿ ਜ਼ਿਆਦਾ ਕਪਟੀ ਹੋ ਗਿਆ ਉਹਨੂੰ ਇੰਨਾ ਕਿ ਹੰਕਾਰ ਹੋ ਗਿਆ ਆ ਉਹਨੂੰ ਕੋਈ ਚੀਜ਼ ਨਹੀਂ ਚਾਹੀਦੀ ਉਹਨੂੰ ਸਿਰਫ ਆਪਣਾ ਆਪ ਚਾਹੀਦਾ ਆ ਉਹ ਹੰਕਾਰਿਆ ਪਿਆ ਆ ਇਸ ਕਰਕੇ ਅੱਜ ਅਸੀਂ ਉਸ ਰਾਵਣ ਦਾ ਨਹੀਂ ਅੱਜ ਮੋਦੀ ਦਾ ਪੁਤਲਾ ਫੂਕ ਰਹੇ ਆ ਤਾਂ ਕਿ ਸਾਰੀ ਜਨਤਾ ਨੂੰ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਪਤਾ ਲੱਗ ਜਾਵੇ ਵੀ ਇਹ ਕਿੰਨਾ ਕੁ ਮਾੜਾ ਕਿੰਨਾ ਗਲਤ ਬੰਦਾ ਆ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਸੜਕਾਂ ਟੋਲ ਪਲਾਜ਼ਿਆਂ ਦੇ ਉੱਪਰ ਸ਼ਾਂਤੀਪੂਰਵਕ ਢੰਗ ਦੇ ਨਾਲ ਪ੍ਰੋਟੈਸਟ ਕਰ ਰਹੇ ਆ ਉੱਥੇ ਹੀ ਸਾਡੀ ਕੇਂਦਰ ਦੀ ਇਹ ਮੋਦੀ ਸਰਕਾਰ ਲਗਾਤਾਰ ਸਾਡੇ ਕਿਸਾਨਾਂ ਦੇ ਮੂੰਹ ਦੇ ਉੱਪਰ ਜਿਹੜਾ ਇਹ ਕਾਲੇ ਕਾਨੂੰਨ ਥੋਪ ਰਹੀ ਹੈ ਅਸੀਂ ਅੱਜ ਕਿਸਾਨ ਜਥੇਬੰਦੀਆਂ ਦੀ ਕੋਲ ਵੱਲੋਂ ਅੱਜ ਹਰਸੇ ਮਾਨਸਰ ਟੋਲ ਪਲਾਜ਼ੇ ਦੇ ਉੱਪਰ ਮੋਦੀ ਅੰਬਾਨੀ ਅਤੇ ਅਦਾਨੀ ਦਾ ਬੁੱਤ ਲਾ ਕੇ ਪੁਤਲਾ ਵਾ ਕੇ ਅੱਜ ਫੂਕ ਰਹੇ ਹੈ ਅਤੇ ਸਾਡਾ ਜਿਹੜਾ ਸੰਘਰਸ਼ ਹੈ ਇਹ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਇਹ ਖੇਤੀ ਜਿਹੜੇ 3 ਕਾਨੂੰਨ ਇਹ ਪਾਸ ਕੀਤੇ ਉਹ ਰੱਦ ਨਹੀਂ ਹੁੰਦੇ ਅਤੇ ਚੌਥਾ ਜਿਹੜਾ ਬਿਜਲੀ ਸੋਧ ਬਿੱਲ ਹੈ ਉਹ ਰੱਦ ਨਹੀਂ ਹੁੰਦਾ ਸਾਡਾ ਸੰਘਰਸ਼ ਹਰਸੇ ਮਾਨਸਰ ਟੋਲ ਪਲਾਜ਼ਾ 'ਤੇ ਲਗਾਤਾਰ ਜਾਰੀ ਹੈ ਜਿਹੜਾ ਇਲਾਕਾ ਇਹ ਲਗਾਤਾਰ ਇਹ ਜਿਸ ਇਲਾਕੇ ਦੇ ਵਿੱਚ ਅਸੀਂ ਖੜ੍ਹੇ ਹੈ ਜਿੱਥੇ ਵੱਡੇ ਪੱਧਰ 'ਤੇ ਨਿਰੋਲ ਕਿਸਾਨੀ ਅੱਜ ਸੜਕਾਂ 'ਤੇ ਉਤਰੀ ਹੈ ਮੋਦੀ ਅੰਬਾਨੀ ਅਦਾਨੀ ਦਾ ਪੁਤਲਾ ਫੂਕਣ ਦੇ ਲਈ ਹਾਜ਼ਰ ਹੋਏ ਹੈ ਦੱਸਣਾ ਚਾਹਾਂਗੇ ਇਹ ਉਹ ਇਲਾਕਾ ਜਿੱਥੇ RSS ਵੱਡੇ ਪੱਧਰ 'ਤੇ ਹਾਵੀ ਸੀ ਜਿੱਥੇ BJP ਵੱਡੇ ਪੱਧਰ 'ਤੇ ਸੀ ਅਸੀਂ ਕਿਸਾਨਾਂ ਨੇ ਜਿੱਥੋਂ BJP ਦਾ ਪੰਜਾਬ ਪ੍ਰਧਾਨ ਧੜਾਇਆ ਖਦੇੜਿਆ ਹੈ ਉੱਥੋਂ ਹੀ ਅਸੀਂ ਐਲਾਨ ਕੀਤਾ ਹੈ ਵੀ BJP ਨੂੰ ਆਪਣੇ ਇਲਾਕੇ ਦੇ ਵਿੱਚੋਂ ਪੂਰਨ ਤੌਰ 'ਤੇ ਬਾਈਕਾਟ ਕਰਾਂਗੇ ਅਤੇ ਅੱਜ ਕਿਸਾਨ ਜਥੇਬੰਦੀਆਂ ਦੀ ਕੋਲ ਦੇ ਉੱਪਰ ਮੋਦੀ ਅੰਬਾਨੀ ਅਤੇ ਅਦਾਨੀ ਦਾ ਪੁਤਲਾ ਫੂਕਣ ਜਾ ਰਹੇ ਹਾਂ ਧੰਨਵਾਦ।